ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਡੇਰਾ ਮਿੱਠਾ ਟਵਾਣਾ, ਮਹਾਂਪੁਰਖਾਂ ਨੇ ਅਪਾਰ ਕਿਰਪਾ ਕੀਤੀ ਇਸ ਸਥਾਨ 'ਤੇ ਗੁਰੂ ਕੀ ਸੰਗਤ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਰੇਨ ਦੇ ਮਹਾਂਵਾਕਾਂ ਅਨੁਸਾਰ ਇੱਥੇ ਮੁੱਖ ਸੇਵਾਦਾਰ ਮਹੰਤ ਬਾਬਾ ਜੀ ਬਾਬਾ ਪ੍ਰਤਪਾਲ ਸਿੰਘ ਜੀ ਦੀ ਅਗਵਾਈ ਹੇਠ ਗੁਰਮੁਖਾਂ ਦੀ ਸ਼ੋਭਾ ਦੇ ਵਿੱਚ ਗੁਰਮੁਖਾਂ ਨੂੰ ਸਤਿਗੁਰੂ ਜੀ ਨੇ ਉਦਮ ਬਖਸ਼ਿਆ। ਇਹ ਗੁਰਮਤਿ ਸਮਾਗਮ ਸਤਿਗੁਰੂ ਪੰਜਵੇਂ ਗੁਰਦੇਵ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਦੇ ਮਹਾਂਵਾਕਾਂ ਅਨੁਸਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਆਪ ਜੀ ਵੱਡੇ ਰੂਪ ਦੇ ਵਿੱਚ ਪੁੱਜ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਦੇ ਹੋ, ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਨੂੰ ਸੰਬੰਧਿਤ ਗੁਰਬਾਣੀ ਕੀਰਤਨ ਸਤਿਗੁਰੂ ਜੀ ਨੇ ਤਰਸ ਕਰਕੇ ਆਵਾਂ ਲਈਆਂ ਦੱਸੀ ਸੀ, ਖੁਦ ਕੀਰਤਨੀ ਰੂਪ ਦੇ ਵਿੱਚ ਕੀਰਤਨ ਕਰਕੇ ਨਿਹਾਲ ਕੀਤਾ ਉੱਥੇ। ਇਹ ਜੂਨ ਦੇ ਮਹੀਨੇ ਦੇ ਵਿੱਚ ਉਹ ਮਰਜੀ ਬੜੇ ਬਬਾਏ ਕੌਮ ਮਰਦ ਮੁਜ਼ਾਹਦ ਬਾਣੀ ਤੇ ਬਾਣੇ ਦੇ ਧਣੀ ਗੁਰੂ ਕੇ ਬਚਨਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਨਾ ਪ੍ਰਾਣ ਪੰਖੇਰਿਆਂ ਨੂੰ ਤਿਲ ਮਾਤਰ ਜਾਣਦੇ ਹੋਏ ਪੰਥ ਦੇ ਉੱਤੋਂ ਗੁਰੂ ਕੀ ਮਰਿਆਦਾ ਤੇ ਗੁਰੂ ਘਰ ਦੀ ਬੇਪਤੀ ਨੂੰ ਰੋਕਣ ਲਈ ਕੌਮ ਦੇ ਹੱਕ ਹਕੂਕਾਂ ਦੀ ਗੱਲ ਕਰਦੇ ਹੋਏ ਉਹ ਮਹਾਨ ਸੂਰਬੀਰ ਯੋਧਿਆਂ ਦੇ ਨਾਲ ਪਾਪ ਕੀ ਜਾਂਜਲੇ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਮਿਲਾ ਲੋ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ ਰਾਜੇ ਪਾਪ ਅਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਸੀ ਮੁਕੱਦਮ ਕੁੱਤੇ। ਉਹ ਲੋਕ ਜਿਹੜੇ ਧਿਰ ਬਣ ਕੇ ਸਰਕਾਰਾਂ ਬਣ ਕੇ ਕਦੀ ਮੁਗਲ ਕਦੀ ਅੰਗਰੇਜ਼ ਕਦੀ ਡੱਚ ਕਦੀ ਮਗੋਲ ਤੇ ਕਦੀ ਉਹ ਲੋਕ ਜਿਹੜੇ ਗੁਲਾਮ ਸਨ ਜਿਨ੍ਹਾਂ ਦੀ ਗੁਲਾਮੀ ਨੂੰ ਆਜ਼ਾਦੀ ਦੇ ਵਿੱਚ ਬਦਲਣ ਦਾ ਸਭ ਤੋਂ ਵੱਧ ਯਤਨ ਸਿੱਖਾਂ ਨੇ ਕੀਤਾ। ਸਾਡੇ ਹਰ ਇੱਕ ਸਿੱਖ ਦੀ ਆਤਮਾ ਹਰ ਇੱਕ ਸਿੱਖ ਦੇ ਦਿਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦੇ ਅਸਥਾਨ ਤੇ ਸਾਰੀਆਂ ਦੀਆਂ ਸਾਰੀਆਂ ਬਟਾਲੀਆਂ ਨੂੰ ਚਾੜ ਕੇ ਤੇ ਆਪਣਿਆਂ ਦੇ ਬਗਾਵਤ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਹਮਲਾ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤੋਪਾਂ ਦੇ ਨਾਲ ਢਾਇਆ, ਲੱਖਾਂ ਸ਼ਰਧਾਲੂ ਜਿਹੜੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸਨ, ਕਈ ਘੰਟੇ ਉਹਨਾਂ ਨੂੰ ਬਿਨਾਂ ਕੁਝ ਖਾਧੇ ਪੀਤੇ ਅੰਦਰ ਰੱਖਿਆ। ਇਹ ਘੱਲੂਘਾਰੇ ਮੈਂ ਅੱਗੇ ਵੀ ਬਿਨੈ ਕਰਦਾ ਕਿ ਸਾਡੇ ਉੱਤੇ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ, ਇਹ ਘੱਲੂਘਾਰੇ 84 ਦੇ ਰੂਪ ਦੇ ਵਿੱਚ ਦਿੱਲੀ ਦੇ ਵਿੱਚ ਅਤੇ ਇਹ ਸਾਖਾ ਨੀਲਾ ਤਾਰਾ ਦੇ ਰੂਪ ਦੇ ਵਿੱਚ ਜਿੱਥੇ ਬਣੇ, ਥੋੜ੍ਹੇ ਦਿਨ ਪਹਿਲਾਂ ਕਿਸਾਨੀ ਧਰਨੇ ਦੇ ਰੂਪ ਦੇ ਵਿੱਚ ਇੱਕ ਘੱਲੂਘਾਰੇ ਚੱਲਦੇ ਰਹੇ ਅਤੇ ਚੱਲਦੇ ਰਹਿਣਗੇ। ਇਸ ਤੋਂ ਇਹ ਸੰਦੇਸ਼ ਲੈਣਾ ਚਾਹੀਦਾ ਹੈ ਕਿ ਸਾਡੀ ਜਦ ਤੱਕ ਇਕਜੁੱਟਤਾ ਨਹੀਂ ਹੁੰਦੀ, ਜਦ ਤੱਕ ਅਸੀਂ ਗੁਰਮਤਿ ਦੇ ਮਾਰਗ 'ਤੇ ਚੱਲਣ ਵਾਲਿਆਂ ਦਾ ਇਕਜੁੱਟ ਹੋ ਕੇ ਸਾਥ ਨਹੀਂ ਦਿੰਦੇ, ਦੂਜਿਆਂ ਨੂੰ ਭੰਡਦੇ ਹਾਂ, ਜਿਹੜੇ ਸੰਪੰਨ ਹਨ
ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ ਮੈਂ ਬਿਨੈ ਕਰਦਾ, ਜਿੰਨੇ ਵੀ ਸੰਪੰਨ ਹਨ ਅਸੀਂ ਇੱਕ ਪਿੰਡ ਨੂੰ, ਇੱਕ ਪਰਿਵਾਰ ਨੂੰ, ਇੱਕ ਘਰ ਨੂੰ, ਇੱਕ ਬੱਚੇ ਨੂੰ ਜੇ ਗੋਦ ਲੈਣਾ ਸ਼ੁਰੂ ਕਰ ਦੇਈਏ, ਉਹਦੀ ਵਿਧਵਤਾ ਦਾ ਖਰਚਾ, ਮੈਡੀਕਲ ਸਹੂਲਤਾਂ, ਅਤੇ ਫਿਰ ਯਹੂਦੀ ਕੌਮ ਦਾ ਇਤਿਹਾਸ ਸਾਡੇ ਨਾਲ ਰਲਦਾ ਮਿਲਦਾ ਹੈ, ਉਹਨਾਂ ਨੇ ਆਪਣੀਆਂ ਨਸਲਾਂ ਨੂੰ ਸਾਂਭਿਆ, ਅਸੀਂ ਉਸ ਗੱਲ ਤੋਂ ਵਿਸਲੇ ਹਾਂ। ਇਹ ਘੱਲੂਘਾਰੇ ਵਾਪਰਦੇ ਰਹਿਣਗੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਸਵੱਟੀ ਦੇ ਕੇ ਸਮਝਾ ਕੇ ਗਏ ਹਨ, ਜੇ ਸੱਚ ਦੇ ਮਾਰਗ ਤੇ ਚੱਲਣਾ ਹੈ, ਤੱਤੀਆਂ ਤਵੀਆਂ ਚਾਂਦਨੀ ਚੌਕ ਦੇ ਵਿੱਚ ਸਿਰ ਤੇ ਫਿਰਦਾ ਆਰਾ, ਉਬਲਦੀਆਂ ਦੇਗਾਂ ਰੂਹ ਨਾਲ ਬੰਨ੍ਹ ਕੇ, ਰੂਹ ਬੰਨ੍ਹ ਕੇ ਸਾੜਨਾ, ਪੁੱਠੇ ਲਟਕਾ ਕੇ ਖੱਲਾਂ ਲਵਾਉਣੀਆਂ, ਇਹ ਕੰਮ ਚੱਲਦੇ ਹੀ ਰਹਿਣਗੇ ਜਦ ਤੱਕ ਅਸੀਂ ਇੱਕਜੁੱਟ ਨਹੀਂ ਹੋਵਾਂਗੇ। ਸੱਚ ਦੇ ਮਾਰਗ 'ਤੇ ਚੱਲਣ ਵਾਲੀ ਇਸ ਕੌਮ ਦੀ ਇੱਕ ਕਸਵੱਟੀ ਹੈ ਜਿਹੜਾ ਸੱਚ ਦੇ ਮਾਰਗ 'ਤੇ ਚੱਲੇਗਾ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਫਿਰ ਉਹਨੂੰ ਤਖ਼ਤੋ ਤਾਜ ਨਹੀਂ, ਫਿਰ ਉਹਦੇ ਪਿੱਛੇ ਅੱਗੇ ਪਿੱਛੇ ਗਲੀਚੇ ਨਹੀਂ, ਫਿਰ ਉਹਨੂੰ ਨਮਸਕਾਰਾਂ ਨਹੀਂ, ਫਿਰ ਉਹਨੂੰ ਤੱਤੀਆਂ ਤਵੀਆਂ ਮਿਲ ਗਈਆਂ, ਕਿਉਂਕਿ ਸੱਚ ਦੀ ਇੱਕ ਸਵੱਟੀ ਹੈ। ਸੋ ਗੁਰੂ ਕਿਰਪਾ ਕਰੇ, ਸੱਚ ਦੇ ਮਾਰਗ 'ਤੇ ਚੱਲਣ ਵਾਲੇ ਮਰਜੀਵੜਿਆਂ ਨੂੰ ਸਿਜਦਾ ਕਰਦੇ ਹੋਏ ਸਤਿਗੁਰੂ ਜੀ ਨੇ ਤਰਸ ਕਰਕੇ ਗੁਰਸ਼ਬਦ ਦੀਆਂ ਸੇਵਾਵਾਂ ਲਈ ਗੁਰਬਾਣੀ ਕੀਰਤਨ ਕਰਦਿਆਂ, ਤੁਸ਼ ਬੁੱਧੀ ਅਨੁਸਾਰ ਵਿਚਾਰ ਕਰਦਿਆਂ, ਮਹਾਂਪੁਰਖਾਂ ਦੇ ਇਹਨਾਂ ਪਾਵਨ ਸਥਾਨਾਂ 'ਤੇ ਹਾਜ਼ਰੀਆਂ ਭਰਦਿਆਂ, ਇੱਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ, ਸ਼ੁਕਰਾਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇੱਥੇ ਅਸਥਾਨ ਦੇ ਸਾਰੇ ਪ੍ਰਬੰਧਕਾਂ ਦਾ, ਬਾਬਾ ਜੀ ਦਾ, ਉਹਨਾਂ ਦੇ ਨਾਲ ਛੋਟੇ ਬਾਬਾ ਜੀ ਜਿੰਨੇ ਵੀ ਇੱਥੋਂ ਦੇ ਪ੍ਰਬੰਧਕ ਹਨ, ਮੇਰੇ ਵੱਡੇ ਭਰਾਤਾ, ਮੈਨੂੰ ਨਾਮ ਲੈਣ ਤੋਂ ਉਹਨਾਂ ਮਨ੍ਹਾ ਕੀਤਾ, ਪਰ ਸਤਿਗੁਰੂ ਜੀ ਨੇ ਤਰਸ ਕੀਤਾ, ਇਹਨਾਂ ਦਾ ਹੁਕਮ ਹੋਇਆ। ਭਾਈ ਚਰਨਜੀਤ ਸਿੰਘ ਜੀ ਗੁਰੂ ਪਿਆਰ ਦੇ ਵਿੱਚ ਰੰਗੇ ਹੋਏ, ਇਹਨਾਂ ਦਾ ਹੁਕਮ ਸੀ ਕਿ ਆਪ ਜੀ ਨੇ ਆਉਣਾ, ਬਾਬਾ ਜੀ ਦਾ ਹੁਕਮ ਸੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ, ਕੁਛ ਸਮੇਂ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸੋਭਾ ਵਿੱਚ, ਪਾਠ ਸਾਹਿਬਾਨ ਵੱਲੋਂ ਉਚਾਰਨ ਸਵਾਈਆਂ ਦੇ ਵਿੱਚੋਂ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ। ਆਪ ਸੰਗਤਾਂ ਦਾ ਕੋਟਾਨ ਕੋਟ ਕੋਟ ਸ਼ੁਕਰਾਨਾ, ਇੰਨੀ ਇਕਾਗਰਤਾ, ਇੰਨਾ ਵਜਦ, ਇੰਨਾ ਸਹਿਜ, ਇੰਨਾ ਪਿਆਰ, ਸਤਿਗੁਰੂ ਕਿਰਪਾ ਕਰੇ ਆਪ ਜੀ ਵਰਗਾ ਇਹ ਚੌਂਕੜਾ, ਇਕਾਗਰਤਾ ਸਾਨੂੰ ਵੀ ਦਿਲ ਮਾਤਰ ਮਿਲ ਸਕੇ। ਆਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੋਭਾ ਵਿੱਚ ਪਾਠ ਸਾਹਿਬਾਨ ਕੀ ਕਹਿ ਰਹੇ ਹਨ, ਉਪਰੰਤ ਇੱਥੇ ਹੀ ਸਮਾਪਤੀ ਹੈ ਜੀ। ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਅਸੀਂ ਕੌਮ ਦੀ, ਗੁਰੂ ਗ੍ਰੰਥ ਅਤੇ ਪੰਥ ਦੀ ਸੇਵਾ ਰਹਿੰਦੇ ਸਵਾਸਾਂ ਤੱਕ ਕਰ ਸਕੀਏ ਜੀ।